8 ਸਾਲ ਹੋ ਗਏ ਇੱਥੇ ਆਇਆ ਨੂੰ ਤੇ ਆ ਜਿਹੜਾ ਮਿੱਟੀ ਪ੍ਰੈਸ ਕਰਨ ਵਾਲਾ ਪਰਲੂ ਆ ਠੀਕ ਆ ਇਹ ਦੇ ਉੱਤੇ ਕੋਈ ਕੈਬਨ ਨਹੀਂ ਕੋਈ ਕੁਛ ਨਹੀਂ ਇੱਥੇ ਇਹ ਬਾਹਰ ਚੱਲਦੇ ਆ 사ウਦੀ ਅਰਬ ਰਮਲ ਦੇ ਵਿੱਚ ਤੇ ਡਰਾਈਵਰ ਨੂੰ ਜਦੋਂ ਰੇਤ ਨੂੰ ਤੋੜਦੀ ਉਹ ਬਹੁਤ ਪਰੇਸ਼ਾਨੀ ਹੁੰਦੀ ਠੀਕ ਆ ਤੇ ਹੁਣ ਆ ਦਖਾਲ ਨੇ ਤੁਹਾਨੂੰ ਨਵੇਂ ਮਾਡਲ ਜਿਹੜੇ ਹੁਣ 2024 ਚ ਆਏ ਆ ਆ ਦੇਖੋ ਜੀ ਕੈਬਨ ਆ ਗਿਆ ਠੀਕ ਆ ਕੈਟ ਦਾ ਆ ਇਹ ਤੇ ਆਪਰੇਟਰ ਵੀ ਨਾਲ ਇੱਥੇ ਮੋੜਾ ਖਲੋਤਾ ਸੀ ਆਪਾਂ ਆਪਣੀ ਗੱਡੀ ਖਾਲੀ ਕਰਨ ਆਏ ਆ ਤੇ ਮੋੜਾ ਪੰਜਾਬੀ ਟੱਕਰਿਆ ਠੀਕ ਹੈ ਮੈਂ ਕਿਹਾ ਵੀਰੇ ਬਣਾ ਲਈਏ ਵੀਡੀਓ ਕੰਨਾ ਬਣਾਉ ਕੋਈ ਗੱਲ ਨਹੀਂ ਇਹ ਵੀਰੇ ਸ਼ੀਸ਼ੇ ਲੱਗੇ ਚਾਰੇ ਪਾਸੇ ਠੀਕ ਹੈ ਤੇ ਆ ਪਿੱਛੇ ਦੇਖਣ ਵਾਸਤੇ ਠੀਕ ਹੈ ਤੇ ਇਹ ਆਪਣੇ ਹਾਗੇ ਏਸੀ ਦੇ ਇਹਦੇ ਵਿੱਚ ਚਾਰ ਨਹੀਂ ਠੀਕ ਹੈ ਹਵਾ ਵਾਲੇ ਵੈਂਟ ਜਿਹੜੇ ਹਵਾ ਆਉਂਦੀ ਇੱਥੋਂ ਤੇ ਉਹ ਇੰਟਰਜੋ ਦੇ ਦੋ ਸੋਚ ਨੇ ਠੀਕ ਹੈ ਇੱਥੋਂ ਨਹੀਂ ਹਵਾ ਆਉਂਦੀ ਆ ਤੇ ਬਾਕੀ ਆਪਣਾ ਕੰਫਰਟੇਬਲ ਵੀਰ ਕਹਿੰਦਾ ਵੀ ਪੂਰਾ ਆ ਠੀਕ ਹੈ ਤੇ ਆਹ ਸਾਈਡ ਵਾਲਾ ਸ਼ੀਸ਼ਾ ਹੋ ਗਿਆ ਪਿੱਛੇ ਦੇਖਣ ਨੂੰ ਠੀਕ ਹੈ ਤੇ ਅੱਗੇ ਆਹ ਪ੍ਰੈਸ ਕਰਨ ਵਾਲਾ ਪਰਲੂ ਪਿੱਛੇ ਟੈਰ ਆ ਇਹ ਮਿੱਟੀ ਮੁੱਟੀ ਪ੍ਰੈਸ ਕਰਦੇ ਹੁੰਦੇ ਜਦੋਂ ਰੋਡ ਬਣਨ ਤੋਂ ਪਹਿਲਾਂ ਜਾਂ ਕੋ ਲੋਕੇਸ਼ਨ ਬਣਾਉਣੀ ਹੈ ਠੀਕ ਹੈ ਤੇ ਇਹਦੇ ਵਿੱਚ ਏਸੀ ਵੀ ਲੱਗਾ ਮੈਂ ਤੁਹਾਨੂੰ ਦਿਖਾਉਣਾ ਉਹ ਦੇਖੋ ਸਿਰ ਤੁਮ ਸਾਰਾ ਕੰਡੈਂਸਰ ਲੱਗਾ ਠੀਕ ਹੈ ਉਹ ਜਾਲੀ ਲੱਗੀ ਹੈ ਤੇ ਨਾਲ ਇੱਕ ਬੋਤਲ ਲੱਗੀ ਹੁੰਦੀ ਜਿਹੜੀ ਬੈਟਰੀ ਵੋਟਰੀ ਸਾਰਾ ਪਿੱਛੇ ਹੈ ਠੀਕ ਹੈ ਤੇ ਇਹਦਾ ਫਰੰਟ ਲੁੱਕ ਆ ਠੀਕ ਹੈ ਤੇ ਸਾਈਡ ਲੁੱਕ ਵੀ ਦਿਖਾ ਦਿੰਨੇ ਤੁਹਾਨੂੰ ਲਓ ਜੀ ਕਰੋ ਚੈੱਕ ਓਕੇ ਬਾਈ ਜੀ